अच्छा बड़े जने मेनू कहंदे आ मैं के पाजी घर दा खर्चा चला दूंगे तां मैं पढ़ लूंगा। खबर लैने लुधियाना तो जिथे कहिंदे ने कि मजबूरी तुहानू जिंदगी नाल लड़ना सिखा दिंदी है। कुछ इसे तरह महज 12 साल दी उम्र च लुधियाना दा सिख बच्चा प्रिंस अपने परिवार नू पालन लई संघर्ष कर रहा है ते जुराबां वेच के अपना ते घर दा गुजारा कर रहा है। 40 रुपए जुराबां लिया के अगे 100 रुपए दीआं बेचदा ते 60 रुपए एक पैकेट चों कमाउंदा है ते कुछ दा घर लई राशन ते बाकी अपनी बुगनी च पाउंदा है ਤਾਂ ਜੋ ਔਖੇ ਵੇਲੇ ਕੰਮ ਆ ਸਕਣ। ਜਿਸ ਉਮਰ 'ਚ ਬੱਚੇ ਖਿਡੌਣਿਆਂ ਨਾਲ ਖੇਡਦੇ ਨੇ ਤੇ ਆਪਣੇ ਦੋਸਤਾਂ ਨਾਲ ਸਕੂਲ 'ਚ ਜਾ ਕੇ ਪੜ੍ਹਾਈ ਕਰਦੇ ਨੇ ਤੇ ਚੰਗੇ ਭਵਿੱਖ ਲਈ ਸੁਪਨੇ ਲੈਂਦੇ ਨੇ, ਉਸ ਉਮਰ 'ਚ ਪ੍ਰਿੰਸ ਜ਼ਿੰਦਗੀ ਦਾ ਸਬਕ ਸਿੱਖ ਰਿਹਾ ਅਤੇ ਠੰਡ ਦੇ ਬਾਵਜੂਦ ਸੜਕਾਂ 'ਤੇ ਜੁਰਾਬਾਂ ਵੇਚਦਾ ਤੇ ਕਈ ਵਾਰ 100-200 ਵੱਟ ਲੈਂਦਾ ਅਤੇ ਕਈ ਵਾਰ ਖਾਲੀ ਹੱਥ ਵੀ ਮੁੜਨਾ ਪੈਂਦਾ। ਉਹ ਵੀ ਸਕੂਲ ਜਾਣਾ ਚਾਹੁੰਦਾ ਹੈ ਪਰ ਘਰ ਦੀਆਂ ਮਜਬੂਰੀਆਂ ਨੇ। ਇਸ ਉਮਰ 'ਚ ਹੀ ਉਸ ਦੇ ਸੁਪਨੇ ਟੁੱਟ ਗਏ। ਪ੍ਰਿੰਸ ਨੇ ਹੋਰ ਕੀ ਕਿਹਾ, ਆਪ ਸੁਣਦੇ ਹੋ ਪੂਰੀ ਖਬਰ। ਅੱਛਾ ਮੇਰੀ ਗੱਲ ਸੁਣ, ਪਹਿਲਾਂ ਵੀ ਜਦੋਂ ਤੂੰ ਕੀ ਵੇਚਦਾ ਸੀ, ਪਹਿਲਾਂ ਕੀ ਵੇਚਦਾ ਸੀ? ਪੈਨ ਵੇਚਦਾ ਸੀ। ਕਿੱਥੇ ਵੇਚਦਾ ਸੀ? ਮਾਲਟਾਉਣ ਵਿੱਚ। ਅੱਛਾ, ਕਿਸੇ ਨੇ ਤੇਰੀ ਕਦੇ ਕਿਸੇ ਨੇ ਤੈਨੂੰ ਮਦਦ ਕਰਨ ਦੀ ਗੱਲ ਨਹੀਂ ਕੀਤੀ ਵੀ ਤੈਨੂੰ ਪੈਸੇ ਦਿੰਨੇ ਆ ਤੂੰ ਨਾ ਕਰੇ? ਅੰਕਲ ਜੀ ਆਉਂਦੇ ਸੀ ਰੋਜ਼, ਮੈਨੂੰ ਕਦੇ 1500 ਕਦੇ 2000 ਅੱਧਾ ਦੇ ਕੇ ਜਾਂਦੇ ਸੀ ਜੂਸ ਖਾਣ ਲਈ। ਫਿਰ ਮੈਂ ਇਸ ਕਰਕੇ ਅੱਡ ਗਿਆ, ਮੈਂ ਕਿਹਾ ਨਹੀਂ ਮੈਂ ਉੱਥੋਂ ਅੜ ਜਾਂਦਾ। ਫਿਰ ਮੈਂ ਮਹੀਨੇ ਬਾਅਦ ਹੀ ਜਾਂਦਾ ਉੱਥੇ। ਅੱਛਾ, ਅੰਕਲ ਮੈਨੂੰ ਮਹੀਨੇ ਬਾਅਦ ਹੀ ਮਿਲਦਾ। ਮਹੀਨੇ ਬਾਅਦ ਤੈਨੂੰ ਜੇ ਪੈਸੇ ਦਿੰਦੇ ਨੇ ਫਿਰ ਤੂੰ ਕੰਮ ਕਿਉਂ ਕਰਦਾ ਵਾ? ਮਹੀਨੇ ਬਾਅਦ ਫਿਰ ਮੈਂ ਥੋੜਾ ਥੋੜ ਜਦੋਂ ਮਹੀਨੇ ਬਾਅਦ ਖਤਮ ਹੋ ਜਾਂਦਾ ਨਾ ਫਿਰ ਮੈਂ ਤਾਂ ਆਉਂਦਾ। ਅੱਛਾ, ਹੁਣ ਤੱਕ ਤਾਂ ਕੱਲ ਵੀ ਆਇਆ ਸੀ, ਕੱਲ ਮੇਰਾ ਕੁਝ ਕੰਮ ਨਹੀਂ ਚੱਲਿਆ, ਫਿਰ ਮੈਂ ਘਰੇ ਚੱਲ ਗਿਆ ਸਵੇਰੇ ਸਵੇਰੇ। ਪ੍ਰਿੰਸ ਹੈ? ਪ੍ਰਿੰਸ ਕਿੱਥੇ ਦਾ ਰਹਿਣ ਵਾਲਾ? ਜੱਸੀਆਂ ਪਿੰਡ। ਜੱਸੀਆਂ ਪਿੰਡ ਦਾ? ਅੱਛਾ, ਕੀ ਕੰਮ? ਕੀ ਕੰਮ ਕਰਦਾ ਵਾ? ਜਨਾਬਾ ਵੇਚਦਾ। ਕਿਹਦੇ ਨਾਲ? ਆ ਇਕੱਲਾ ਹੀ ਆਣਾ। ਇਕੱਲਾ ਹੀ ਆਣਾ ਵਾ? ਘਰ ਚ ਕੌਣ ਕੌਣ ਨੇ? ਦਾਦੀ ਆ, ਭੈਣ ਆ, ਔਰ ਮੇਰਾ ਭਰਾ ਆ। ਅੱਛਾ, ਤੇ ਕੰਮ ਕੌਣ ਕੌਣ ਕਰਦੇ ਆ? ਹਾਂ, ਕੰਮ ਮੈਂ ਹੀ ਕਰਦਾ ਔਰ ਮੇਰਾ ਭਰਾ। ਅੱਛਾ, ਮਾਤਾ ਪਿਤਾ ਕੀ ਕਰਦੇ? ਮੰਮੀ ਡੈਡੀ ਨਹੀਂ ਹੈਗੇ, ਦਾਦੀ ਕੋਲ ਰਹਿਣਾ। ਅੱਛਾ, ਪੜ੍ਹਨ ਜਾਣਾ ਉਹਨਾਂ ਸਕੂਲ 'ਚ? ਕਿਉਂ? ਫਿਰ ਘਰ ਦਾ ਖਰਚਾ ਵੀ ਚਲਾਉਣਾ। ਤਾਂ ਨਹੀਂ ਜਾਂਦਾ ਪੜ੍ਹਨ ਵਾਸਤੇ? ਕਿੰਨੀ ਉਮਰ ਆ? ਮੇਰੀ 12 ਸਾਲ। 12 ਸਾਲ? ਕਦੋਂ ਤੋਂ ਜਰਾਬਾਂ ਵੇਚਦਾ? ਮੈਂ ਤਾਂ ਹੋ ਗਿਆ ਮੈਨੂੰ 10 ਨਹੀਂ ਮਹੀਨਾ ਕੁ ਹੋ ਗਿਆ ਮੈਨੂੰ। ਮਹੀਨਾ ਕੁ ਹੋ ਗਿਆ ਜਰਾਬਾਂ ਵੇਚਦੇ ਨੂੰ? ਪਹਿਲਾਂ ਕੀ ਕਰਦਾ ਸੀ? ਪਹਿਲਾਂ ਵੀ ਮੈਂ ਪਹਿਲਾਂ ਪੈਨ ਵੇਚਦਾ ਸੀ। ਪਹਿਲਾਂ ਪੈਨ ਵੇਚਦਾ ਸੀ? ਅੱਛਾ, ਹੁਣ ਤਾਂ ਵੈਸੇ ਪੜ੍ਹਾਈ ਫ੍ਰੀ ਆ, ਫਿਰ ਸਕੂਲ 'ਚ ਕਿਉਂ ਨਹੀਂ ਜਾਂਦਾ ਪੜ੍ਹਨ ਵਾਸਤੇ? ਫਿਰ ਘਰ ਦਾ ਖਰਚਾ ਵੀ ਚਲਾਉਣਾ। ਅੱਛਾ, ਫਿਰ ਤਾਂ ਨਹੀਂ ਜਾਂਦਾ। ਤੇ ਵਰਦੀ ਦੀ ਸਕੂਲ ਦੀ ਪਾਈ ਹੋਈ ਆ? ਹਾਂ, ਇਹ ਮੇਰੀ ਨਹੀਂ ਹੈਗੀ, ਮੇਰੇ ਭਰਾ ਦੀ ਆ। ਭਰਾ ਵੀ ਪੜ੍ਹਦਾ? ਤੇਰਾ? ਹਾਂ, ਭਰਾ ਪੜ੍ਹਦਾ। ਮੇਰੇ ਅੱਜ ਕੱਪੜੇ ਜਲ ਗਏ ਸੀ ਨਾ ਤਾਂ ਕਰਕੇ। ਅੱਛਾ, ਕਿੰਨੇ ਸਾਲ ਦਾ ਭਰਾ ਦੀ ਉਮਰ ਕਿੰਨੀ ਹੈ? ਤੇ ਤਾਂ ਵੱਡਾ ਜੀ ਛੋਟਾ? ਵੱਡਾ ਵਾ ਮੇਰੇ ਤੋਂ। ਵੱਡਾ ਵਾ? ਹਾਂ, ਉਹ ਤਾਂ ਮੇਰੇ 1 ਸਾਲ ਵੱਡਾ ਵਾ। 1 ਸਾਲ ਵੱਡਾ ਵਾ? ਉਹ ਬਣ ਲਈ ਜਾਂਦਾ ਹੁੰਦਾ? ਮੈਂ ਤਾਂ ਹੁਣ ਮਹੀਨਾ ਕੁ ਹੋ ਗਿਆ ਮੈਨੂੰ। ਕਹਿੰਦੇ ਨੀ ਕਿ ਛੱਡ ਕੰਮ ਪੜ ਕੋਲ? ਕਹਿੰਦੇ ਆ ਬੜੇ ਜਿਨ ਮੈਨੂੰ ਕਹਿੰਦੇ ਆ, ਮੈਂ ਕਿਹਾ ਪਾਜੀ ਘਰ ਦਾ ਖਰਚਾ ਚਲਾ ਦੋਗੇ ਤਾਂ ਮੈਂ ਪੜ ਲਾਂਗਾ। ਅੱਛਾ, ਜੇ ਤੁਹਾਡੇ ਘਰ ਦਾ ਖਰਚਾ ਚਲ ਜਾਏ ਪੜ ਲੂੰਗੇ? ਕੋਈ ਮਦਦ ਨਹੀਂ ਕਰਦਾ? ਇਸ ਸਰਕਾਰ ਤੋਂ ਕੀ ਮੰਗ ਕਰਦੇ ਹੋ? ਜੋ ਦੇ ਦੂਗੇ ਉਹੀ ਮਜ਼ਬੂਰ ਆ। ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ।